ਰੀਵਤਾਂ 8 ਸਾਲ ਪਹਿਲਾਂ ਮੈਰिज ਹੋਈ ਸੀ 2012 ਦੇ ਵਿੱਚ ਤੇ ਉਹਨਾਂ ਨੂੰ ਸ਼ਾਇਦ ਇਹ ਰੂਪ ਕਿਉਂਕਿ ਹਲਕੇ ਹਲਕੇ ਵਾਲ ਸੀ ਉਸ ਵੇਲੇ ਤੇ ਨਹੀਂ ਸੀ ਪਸੰਦ ਕਿ ਅੱਗੇ ਬੱਚਿਆਂ ਦੇ ਆਉਣ ਦੇ ਥੋੜਾ ਥੋੜਾ ਨਹੀਂ ਆਪਾਂ ਕਹਿ ਸਕਦੇ ਕਾਫੀ ਨਸ਼ੇਵਾਲ ਸੀਗੇ ਤੇ ਉਹਨਾਂ ਨੇ ਮੈਨੂੰ ਵੀ ਲਾ ਦਿੱਤਾ ਸੀ ਉਹ ਮੇਰੇ ਚਿਹਰੇ ਦੇ ਉੱਤੇ ਯਾਨੀ ਇੰਨਾ ਜ਼ਿਆਦਾ ਗਰੋਥ ਆਈ ਉਸ ਵੇਲੇ ਮੈਂ ਮਿਕ ਕੱਪ ਵਰਗੀ ਸੀ ਲੋਕ ਕੀ ਕਹਿਣਗੇ ਉਹ ਡਰ ਸੀ ਮਨ ਚ ਆਪਣੇ ਆਪ ਨੂੰ ਮੇਨ ਮੋਟੀਵੇਸ਼ਨ ਮੇਰਾ ਬ੍ਰਦਰ ਆ ਤੇ ਉਹਨਾਂ ਨੇ ਇਹ ਨਹੀਂ ਕਦੇ ਕਿਹਾ ਵੀ ਮਨਦੀਪੂ ਇਹ ਨਹੀਂ ਕਰ ਸਕਦੀ ਦੁਨੀਆ ਵਿੱਚ ਰਹਿਣ ਦੇ ਇਸ ਸੰਸਾਰ ਨੇ ਕੁਝ ਨਿਯਮ ਕੁਝ ਕਾਨੂੰਨ ਬਣਾਏ ਹੋਏ ਨੇ ਪਰ ਇਹਨਾਂ ਨਿਯਮਾਂ ਕਾਨੂੰਨਾਂ ਵਿੱਚ ਜੇਕਰ ਤੁਸੀਂ ਫਿੱਟ ਨਹੀਂ ਬੈਠਦੇ ਹੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਸਮਾਜ ਤੋਂ ਅਲੱਗ ਤਰੀਕੇ ਨਾਲ ਵੇਖਿਆ ਜਾਂਦਾ ਹੈ ਇਹ ਆਮ ਜ਼ਰਰਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੇਖਣ ਨੂੰ ਮਿਲਦਾ ਪਰ ਅੱਜ ਔਰਤਾਂ ਦਾ ਉੱਤੇ ਉੱਠਣਾ ਤੇ ਉਸ ਦੇ ਬਾਰੇ ਗੱਲ ਕਰਨਾ ਵੀ ਇੱਕ ਅਜਿਹੀ ਚੀਜ਼ ਹੈ ਜਿਹੜੀ ਪੂਰੇ ਸਮਾਜ ਦੇ ਵਿੱਚ ਅਵੇਅਰਨੈਸ ਲੈ ਕੇ ਆ ਰਹੀ ਹੈ ਤੋ ਅੱਜ ਮੈਂ ਤੁਹਾਨੂੰ ਇੱਕ ਇਹੋ ਜੀ ਸ਼ਖਸੀਅਤ ਦੇ ਨਾਲ ਮਿਲਾਨ ਜਾ ਰਹੀਆਂ ਜਿਨ੍ਹਾਂ ਨੂੰ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਔਰਤਾਂ ਦੇ ਇਸ ਪੱਖ ਨੂੰ ਅੱਗੇ ਲੈ ਕੇ ਆਏ ਉਹਨਾਂ ਦਾ ਨਾਮ ਹੈ ਮਨਦੀਪ ਕੌਰ ਪਰ ਅੱਜ ਉਹਨਾਂ ਨੂੰ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਓ ਤੁਹਾਨੂੰ ਵੀ ਮਿਲਵਾਦੇ ਹਾਂ ਸਸ਼ਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਦੀਪ ਜੀ ਤੁਹਾਡੀ ਇਹ ਜਿਹੜੀ ਕਹਾਣੀ ਹੈ ਇਸ ਦੀ ਸ਼ੁਰੂਆਤ ਕਿੱਥੋਂ ਹੋਈ ਇਸ ਦੀ ਸ਼ੁਰੂਆਤ ਅੱਜ ਤੋਂ 8 ਸਾਲ ਪਹਿਲਾਂ ਹੋਈ ਸੀ ਕਿਉਂਕਿ ਮੈਂ ਵੀ ਆਮ ਲੜਕੀਆਂ ਵਾਂਗ ਜਿਵੇਂ ਹਰ ਕੋਈ ਲੜਕੀ ਸੋਚਦੀ ਹੈ ਕਿ ਮੈਂ ਵਿਆਹ ਕਰਾ ਕੇ ਆਪਣੇ ਸਹੁਰਾ ਘਰ ਦੇ ਵਿੱਚ ਹਨਾ ਖੁਸ਼ ਹਾਂ ਮੇਰੀ ਵੀ ਅੱਤੋਂ 8 ਸਾਲ ਪਹਿਲਾਂ ਮੈਰਿਜ ਹੋਈ ਸੀ 2012 ਦੇ ਵਿੱਚ ਉਸ ਵੇਲੇ ਮਨ 'ਚ ਬੜਾ ਚਾਹ ਸੀ ਖੁਸ਼ ਸੀ ਕਿ ਚਲੋ ਜੀਵਨ ਸਾਥੀ ਮਿਲ ਗਿਆ ਜ਼ਿੰਦਗੀ ਵਧੀਆ ਲੰਘੂਗੀ ਪਰ ਸ਼ਾਇਦ ਮਾਲਕ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਹਨਾਂ ਨੂੰ ਸ਼ਾਇਦ ਇਹ ਰੂਪ ਕਿਉਂਕਿ ਹਲਕੇ ਹਲਕੇ ਬਾਲ ਸੀ ਉਸ ਫੜੇ ਤੇ ਨਹੀਂ ਸੀ ਪਸੰਦ ਕਿ ਅੱਗੇ ਬੱਚਿਆਂ ਦੇ ਆਉਣਗੇ ਜਾਂ ਹਨਾ ਜਿਵੇਂ ਮਰਜ਼ੀ ਤੇ ਉਸ ਤੋਂ ਬਾਅਦ ਮੈਂ ਆਪਣੇ ਪੇਕੇ ਘਰ ਆ ਗਈ ਸੀ ਤੇ ਉਹ ਜੋ ਸਮਾਂ ਸੀ ਮੇਰੇ ਲਈ ਯਾਨੀ ਇੱਕ ਚਾਹੇ ਕਹਿ ਦਈਏ ਮੈਂ ਕਿ ਉਹ ਮੈਨੂੰ ਕੁਝ ਸਿਖਾਉਣ ਆਏ ਸੀ ਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਮੈਂ ਸਿੱਖਿਆ ਉਹਨਾਂ ਤੋਂ ਕਿਉਂਕਿ ਬਹੁਤ ਲੜਕੀਆਂ ਨੇ ਜੋ ਇਹ ਦਰਦ ਨਹੀਂ ਚੱਲ ਪਾਉਂਦੀਆਂ ਜਾਂ ਆਪਾਂ ਕਹਿ ਦਈਏ ਵੀ ਬਹੁਤ ਇਨਸਾਨ ਵੀ ਨੇ ਜੋ ਆਪਣੇ ਆਪ ਨੂੰ ਖਤਮ ਕਰ ਲੈਂਦੇ ਨੇ ਜਾਂ ਕੁਝ ਵੀ ਕਿਉਂਕਿ ਮੇਰੇ ਲਈ ਵੀ ਕੁਝ ਇਹੀ ਸੀਗਾ ਕਿ ਇਹ ਹੋ ਕੇ ਗਿਆ ਤੇ ਮੈਂ ਹਰ ਵੇਲੇ ਇਹੀ ਸੋਚਣਾ ਕਿ ਸ਼ਾਇਦ ਮਾਲਕ ਕਿਰਪਾ ਕਰ ਦੇਵੇ ਦੁਆਰਾ ਫੇਰ ਅਸੀਂ ਮਿਲੀਏ ਪਰ ਨਹੀਂ ਤੇ ਉਹ ਜਾਨੀ ਸਮਾਂ ਇੱਕ ਸਾਲ ਦਾ ਇਦਾਂ ਹੀ ਲੰਘਦਾ ਗਿਆ ਤੇ ਫਿਰ ਵੀ ਉਡੀਕ ਸੀ ਕਿਉਂਕਿ ਮੈਂ ਉਹਨਾਂ ਨੂੰ ਕਹਤਾ ਸੀ ਕਿ ਚਾਹੇ ਅੱਜ ਲੈ ਜਾਓ ਚਾਹੇ 10 ਦਿਨਾਂ ਨੂੰ ਆਜਿਓ ਚਾਹੇ 10 ਸਾਲਾਂ ਨੂੰ ਆਜਿਓ ਵੀ ਤਾਂ ਡੇਢ ਹੀ ਕਰੋ ਕੀ ਤੇ ਇੱਕ ਸਾਲ ਬਾਅਦ ਜਾਨੀ ਮੇਰੇ ਵੀਰ ਜੀ ਨੇ ਮੈਨੂੰ ਕਿਹਾ ਕਿ ਮਨਦੀਪ ਵੀ ਵੀ ਤੂੰ ਆਪਣਾ ਅਮਰਤੀ ਦਾਤ ਲੈ ਕਿਉਂਕਿ ਬਾਣੀ ਨਾਲ ਪਹਿਲਾਂ ਹੀ ਜੁੜੀ ਹੋਈ ਸੀ ਮੈਂ ਪਹਿਲਾਂ ਹੀ ਬਾਣੀ ਪੜਦੀ ਸੀ ਤੇ ਬਾਣੀ ਪੜਦੇ-ਪੜਦੇ ਯਾਨੀ ਕੁਝ ਆਪਣੇ ਆਪ ਨੂੰ ਵਿਚਾਰਨਾ ਵੀ ਤੇ ਜਿੱਥੇ ਕਿਉਂਕਿ ਆਪਾਂ ਅੱਜ ਜੇ ਬਾਣੀ ਪੜਦੇ ਆਂ ਸੀ ਉਸ ਵੇਲੇ ਮੈਂ ਵੀ ਦੁਨਿਆਵੀ ਤੌਰ ਦੇ ਉੱਤੇ ਪੜਦੀ ਸੀ ਜਿੱਥੇ ਵਿਯੋਗ ਦੀ ਗੱਲ ਆਇਆ ਨਹੀਂ ਵੀ ਛੋੜੇ ਦੀ ਗੱਲ ਆਇਆ ਨਹੀਂ ਮੰਨਣੇ ਰੋਣਾ ਕਿ ਸ਼ਾਇਦ ਵੀ ਇਹ ਕਿ ਹਨਾ ਵੀ ਕੰਤ ਪਿਆਰੀ ਜਾਂ ਜਿੱਥੇ ਵੀ ਇਦਾਂ ਕੋਈ ਗੱਲ ਆਉਂਦੀ ਸੀ ਮੰਨਣੇ ਰੋਣਾ ਤੇ ਉਸ ਵੇਲੇ ਅਮਰਤੀ ਦਾਤ ਲਈ ਤੇ ਅਮਰਤੀ ਦਾਤ ਲੈਣ ਤੋਂ ਬਾਅਦ ਮਹਾਰਾਜ ਨੇ ਯਾਨੀ ਕਿਰਪਾ ਕੀਤੀ ਇੱਕ ਸਾਲ ਦੋ ਇੱਕ ਸਾਲ ਬਾਅਦ ਮੈਨੂੰ ਯਾਨੀ ਸੰਗਤ ਮਿਲੀ ਜਿੱਥੇ ਰਹਿ ਕੇ ਯਾਨੀ ਮੈਂ ਆਪਣੇ ਆਪ ਨੂੰ ਵਿਚਾਰਿਆ ਸ਼ਾਇਦ ਮੈਂ ਇਹ ਕਹਨੀ ਜੇ ਮੈਨੂੰ ਸੰਗਤ ਨਾ ਮਿਲਦੀ ਅੱਜ ਮੈਂ ਤੁਹਾਡੇ ਸਾਹਮਣੇ ਨਹੀਂ ਸੀ ਹੋਣਾ ਕਿਉਂਕਿ ਹੋ ਸਕਦਾ ਸੀ ਮੈਂ ਅਮਰਦੀ ਦਾਤ ਲੈਣ ਤੋਂ ਬਾਅਦ ਵੀ ਜੇ ਸੰਗਤ ਨਾ ਮਿਲਦੀ ਮੈਂ ਰੋਮਾਂ ਦੀ ਬੇਅਦਬੀ ਕਰ ਦਿੰਦੀ ਜਾਂ ਕੁਝ ਵੀ ਹੈ ਨਾ ਕਿ ਲੋਕ ਕੀ ਕਹਿਣਗੇ ਉਹ ਡਰ ਸੀ ਮਨ 'ਚ ਆਪਣੇ ਆਪ ਨੂੰ ਚਿਹਰਾ ਟੱਕ ਕੇ ਰੱਖਣਾ ਜਾਂ ਹੈ ਨਾ ਕਿ ਲੋਕ ਉਸ ਵੇਲੇ ਸੀ ਲੋਕ ਵੀ ਲੋਕ ਕੀ ਕਹਿਣਗੇ ਇਹ ਜਿਹੜੇ ਗੱਲ ਹੈ ਨਾ ਕਿ ਲੋਕ ਕੀ ਕਹਿਣਗੇ ਅਕਸਰ ਇਸ ਦੁਨੀਆ ਦੇ ਵਿੱਚ ਅਸੀਂ ਜਦ ਵੀ ਕੁਝ ਕਰਨ ਜਾਉਨੇ ਆ ਤਾਂ ਇੱਕ ਚੀਜ਼ ਨੂੰ ਦੇਖਦੇ ਆ ਕਿ ਫਲਾਣਾ ਬੰਦਾ ਕੀ ਕਹੇਗਾ ਇਸ ਬਾਰੇ ਕਿ ਮੈਂ ਜਿਹੜੀ ਸਮਾਜ ਦੀ ਬਣਾਈ ਹੋਈਆਂ ਜਿਹੜੇ ਕੁਝ ਨਿਯਮ ਕਾਇਦੇ ਕਾਨੂੰਨ ਜਾਂ ਕੁਝ ਗਾਈਡਲਾਈਨਸ ਨੇ ਕਿ ਉਹਨਾਂ ਵਿੱਚ ਫਿੱਟ ਬੈਠਦੀਆਂ ਤੇ ਉਹ ਯਾਨੀ ਉਸ ਵੇਲੇ ਯਾਨੀ ਇਹੀ ਸੀਗਾ ਕਿ ਲੋਕ ਕੀ ਕਹਿਣਗੇ ਫਿਰ ਸੰਗਤ ਮਿਲੀ ਸੰਗਤ ਦੇ ਵਿੱਚ ਬੈਠਣ ਉੱਠਣ ਦਾ ਪਤਾ ਲੱਗਿਆ ਆਪਣੀ ਸੋਝੀ ਮਿਲੀ ਕਿ ਮੈਂ ਜੋ ਸੋਚ ਰਹੀਆਂ ਮੈਂ ਤਾਂ ਉਹ ਹੈ ਹੀ ਨਹੀਂ ਹਨ ਕਿਉਂਕਿ ਦੋ ਆਪਾਂ ਨੂੰ ਸਰੀਰ ਮਿਲ ਨੇ ਇੱਕ ਮਰਦ ਦਾ ਇੱਕ ਔਰਤ ਦਾ ਇੱਥੇ ਸੰਸਾਰ ਚ ਮਹਾਰਾਜ ਨੇ ਜੈਨੇ 84 ਲੱਖ ਜੁਨਾਂ ਦੇ ਵਿੱਚ ਸਾਡੇ ਜੋ ਇਹ ਦੋ ਰੂਪ ਨੇ ਇਹਨਾਂ ਨੂੰ ਪ੍ਰਦਾਨਤਾ ਦਿੱਤੀ ਆ ਇਹਨਾਂ ਵਿੱਚ ਹੀ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਆ ਤੇ ਉਸ ਵੇਲੇ ਇਹੀ ਸੀ ਕਿ ਅ ਕਿਉਂਕਿ ਪਤਾ ਨਹੀਂ ਸੀ ਪਹਿਲਾਂ ਕਿ ਅਸੀਂ ਪਰਮਾਤਮਾ ਨੂੰ ਕਿਵੇਂ ਮਿਲਣਾ ਜਾਂ ਵੀ ਲੋਕ ਗੱਲਾਂ ਕਰਦੇ ਨੇ ਕਿ ਅਸੀਂ ਵੀ ਉਹਨੂੰ ਦੇਖਿਆ ਪਰ ਪਤਾ ਨਹੀਂ ਸੀ ਤੇ ਜਦੋਂ ਸੰਗਤ ਮਿਲੀ ਸੰਗਤ ਦਾ ਪਿਆਰ ਮਿਲਿਆ ਉਥੇ ਰਹਿਣ ਸਹਿਣ ਦਾ ਟੰਗ ਪਤਾ ਲੱਗਿਆ ਤੇ ਉਥੇ ਦੀ ਸਟਡੀ ਕੀਤੀ ਬ੍ਰह्म ਗਿਆਨ ਕੇਂਦਰ ਵਿਖੇ ਰਹਿ ਕੇ ਤੇ ਮੈਂ ਆਪਣੇ ਆਪ ਨੂੰ ਵਰ ਭਾਗੀ ਸਮਝਦੀਆਂ ਕਿ ਮੈਂ ਬਾਪੂ ਸੇਵਾ ਸਿੰਘ ਤਰਮਾਲਾ ਜੀਆ ਦਾ ਮੈਨੂੰ ਸੰਗ ਪ੍ਰਾਪਤ ਹੋਇਆ ਹਾਲਾਂਕਿ ਮੈਂ ਉਹਨਾਂ ਦਾ ਸੰਗ ਪ੍ਰਾਪਤ ਨਹੀਂ ਕਰ ਸਕੀ ਕਿਉਂਕਿ ਉਹ ਸੱਚ ਚ ਸਮਾ ਚੁੱਕੇ ਸੀ ਉਹ ਸੰਸਾਰ ਤੋਂ ਜਾ ਚੁੱਕੇ ਸੀ ਤੇ ਉਹਨਾਂ ਦਾ ਹੀ ਰੂਪ ਭਾਈ ਸਾਹਿਬ ਭਾਈ ਦਲਵੀਰ ਸਿੰਘ ਤਰਮਾਲਾ ਜੀ ਜਿਨ੍ਹਾਂ ਨੇ ਹਰ ਕਦਮ ਦੇ ਉੱਤੇ ਸਾਨੂੰ ਸਮਝਾਉਂਦੇ ਰਹੇ ਕਿ ਅਸੀਂ ਕਿਵੇਂ ਸੰਸਾਰ ਦੇ ਵਿੱਚ ਵਿਚਰਨਾ ਕਿਵੇਂ ਅਸੀਂ ਇਹ ਖੇਡ ਨੂੰ ਜਿੱਤਣਾ ਤੇ ਉਹ ਖੇਡ ਨੂੰ ਸਮਝਦੇ ਹੋਏ ਬਾਣੀ ਕਿਉਂਕਿ ਪਹਿਲਾਂ ਬਾਣੀ ਪੜਨ ਦਾ ਨਜ਼ਰੀਆ ਹੋਰ ਸੀ ਦੁਨਿਆਵੀ ਤੌਰ ਤੇ ਪੜਦੇ ਸੀ ਤੇ ਫਿਰ ਜਦੋਂ ਆ ਮਹਾਰਾਜ ਨੇ ਕਿਰਪਾ ਕੀਤੀ ਉਹ ਕੁਛ ਆਪਾਂ ਕਹਿਦੀ ਆਪਾਂ ਸਵਾਸ ਉਹਦੇ ਲੇਖੇ ਲਾਏ ਫਿਰ ਉਹ ਬਾਣੀ ਪੜਨ ਦਾ ਜੋ ਨਜ਼ਰੀਆ ਸੀ ਮੇਰਾ ਉਹਦੇ ਵਿੱਚੋਂ ਖੋਜਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਹਿਲਾਂ ਆਪਣੇ ਆਪ ਦੀ ਪਛਾਣ ਨਹੀਂ ਸੀ ਫਿਰ ਜਾਨੀ ਆਪਣੇ ਆਪ ਦੀ ਪਛਾਣ ਹੋਈ ਕਿ ਮੈਂ ਸਿਰਫ ਇੱਥੇ ਕੁਝ ਸਮੇਂ ਲਈ ਆਈਆਂ ਤੇ ਮੌਕਾ ਮਿਲਿਆ ਮੈਨੂੰ ਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਸੰਗਤ ਦੇ ਵਿੱਚ ਰਹਿ ਕੇ ਉਹ ਅਭਿਆਸ ਕੀਤਾ ਕਿਉਂਕਿ ਮਹਾਰਾਏ ਕਹਿੰਦੇ ਦੇਖੋ ਆਪਾਂ ਇਕੱਲੇ ਸਿਮਰਨ ਕਰਨ ਲੱਗਾਂਗੇ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਣਾ ਪਰ ਜਦੋਂ ਅਸੀਂ ਸੰਗਤ ਦੇ ਵਿੱਚ ਬਹਿ ਕੇ ਸਿਮਰਨ ਅਭਿਆਸ ਕਰਦੇ ਆਂ ਤਾਂ ਮਹਾਰਾਏ ਕਹਿੰਦੇ ਕਹਿੰਦੇ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਸਾਰੀ ਕੀਮਤ ਰਲਾ ਕੇ ਇਕੱਠੀ ਕਰਕੇ ਉਹ ਸਾਡੀ ਝੋਲੀ ਪੈਂਦੀ ਆ ਤੇ ਜੇ ਅਸੀਂ ਉਹ ਸਵਾਸ ਉੱਥੇ ਜਮਾ ਕਰਾਵਾਂਗੇ ਤਾਂ ਮਾਲਕ ਨੇ ਤਰੁੱਟ ਕੇ ਕਿਉਂਕਿ ਜੇ ਕਿਉਂਕਿ ਸਾਡੇ ਪਿਛਲੇ ਕਰਮ ਹੋਣਗੇ ਸੰਗਤ ਦੇ ਵਿੱਚ ਬੈਠਣ ਲਈ ਤਾਂ ਹੀ ਅਸੀਂ ਹੈਨਾ ਸੰਗਤ ਦੇ ਵਿੱਚ ਬੈਠਾਂਗੇ ਤੇ ਉਹ ਸ਼ਾਇਦ ਮੇਰੇ ਕੋਈ ਮਹਾਰਾਜ ਨੇ ਕਿਰਪਾ ਕੀਤੀ ਉਹ ਮੇਰੇ ਪੂਰਨ ਭਾਗ ਸੀ ਜਿਹੜੇ ਪ੍ਰਾਣੇ ਹਨਾ ਕੀਤੇ ਹੋਏ ਸੀ ਕੁਛ ਉਹ ਸਮਾਂ ਮੈਨੂੰ ਮਿਲਿਆ ਤੇ ਇਹ ਤੁਹਾਡਾ ਨਾਮ ਜਦੋਂ ਅਸੀਂ ਸੁਣਿਆ ਮਨਦੀਪ ਕੌਰ ਤੇ ਹੁਣ ਤੁਹਾਨੂੰ ਪਛਾਣਿਆ ਜਾਂਦਾ ਸਿੰਘ ਦੇ ਨਾਮ ਤੋਂ ਤੇ ਇਸ ਦੇ ਪਿੱਛੇ ਦੀ ਕਹਾਣੀ ਕੀ ਹੈ ਇਹਦੇ ਪਿੱਛੇ ਦੀ ਵੀ ਉਹੀ ਕਿਰਪਾ ਮੈਂ ਖੁਦ ਹੈਰਾਨ ਸੀ ਅਮਰਤੀ ਦੇ ਦਾਤ ਲੈਣ ਤੋਂ ਬਾਅਦ ਕਿ ਇੰਨੇ ਕਿਉਂਕਿ ਮੈਂ ਕਿਸੇ ਦੇ ਨਹੀਂ ਦੇਖੇ ਸੀ ਕਿ ਇੰਨੀ ਗਰੋਥ ਕਿਸੇ ਦੇ ਤੇ ਮਹਾਰਾਜ ਨੇ ਜਾਨੀ ਜਦੋਂ ਮੇਰੇ ਚਿਹਰੇ ਦੇ ਉੱਤੇ ਜਾਨੀ ਇੰਨਾ ਜ਼ਿਆਦਾ ਗਰੋਥ ਆਈ ਉਸ ਵੇਲੇ ਮੈਂ ਵੀ ਕਾਬਰ ਗਈ ਸੀ ਕਿ ਵੀ ਹੁਣ ਕਿਉਂਕਿ ਮੈਂ ਅੰਮ੍ਰਿਤ ਤਾਂ ਲੈ ਚੁੱਕੀ ਸੀ ਕਿ ਹੁਣ ਆਪਾਂ ਮਹਾਰਾਜ ਨੇ ਸਭ ਤੋਂ ਵੱਡੀ ਕ੍ਰਹਿਤ ਹੀ ਦੱਸੀ ਹੈ ਜੇ ਅਸੀਂ ਰੋਮਾਂ ਦੀ ਬੇਅਦਬੀ ਕਰਦੇ ਹਾਂ ਤੇ ਮੈਂ ਉਹ ਨਹੀਂ ਕਰਨਾ ਚਾਹੁੰਦੀ ਸੀ ਤੇ ਫਿਰ ਮੈਂ ਮੂਹ ਟਕਣਾ ਸ਼ੁਰੂ ਕਰਤਾ ਤੇ ਫੇਰ ਹੌਲੀ ਹੌਲੀ ਜਦ ਗੁਰੂ ਘਰ ਜਾਣਾ ਉੱਥੇ ਜਾਨੀ ਇੱਕ ਬੀਬੀ ਬਣੀ ਮੈਂ ਜਾਨੀ ਪਹਿਲਾਂ ਵੀ ਦੱਸ ਚੁੱਕੀ ਆ ਕਿ ਉਹ ਬੀਬੀ ਨੇ ਜੋ ਮੇਰੇ ਰੂਪ ਨੂੰ ਸਲਾਇਆ ਤਾਂ ਜਾਨੀ ਮੈਂ ਆਪਣਾ ਜੋ ਸੀ ਮੂੰਹ ਟੱਕੇ ਰੱਖਦੀ ਸੀ ਉਹਨੂੰ ਛੱਡਤਾ ਤੇ ਫੇਰ ਜਾਨੀ ਜਿੱਥੇ ਵੀ ਵਿਚਰਨਾ ਮਹਾਰਾਜ ਨੇ ਕਿਰਪਾ ਕੀਤੀ ਪਿਆਰ ਮਿਲਦਾ ਰਿਹਾ ਤੇ ਤੁਸੀਂ ਇਹ ਤੁਹਾਨੂੰ ਬੁਲਟ ਚਲਾਉਣਾ ਵੀ ਬਹੁਤ ਪਸੰਦ ਹੈ ਅਸੀਂ ਦੇਖਦੇ ਹਾਂ ਕਿ ਤੁਹਾਨੂੰ ਮੁੰਡਿਆਂ ਵਾਲੇ ਕੰਮ ਕਰਨੇ ਜਿਨ੍ਹਾਂ ਨੂੰ ਸਮਾਜ ਨੇ ਕਿਹਾ ਹੈ ਕਿ ਮੁੰਡਿਆਂ ਵਾਲੇ ਕੰਮ ਹੈ ਬੁਲਟ ਚਲਾਉਣਾ ਤੇ ਕੁਝ ਵੀ ਕੰਮ ਅਜੇਹਾ ਕਰਨਾ ਜਿਹੜਾ ਸ਼ਕਤੀ ਨਾਲ ਜੁੜਿਆ ਹੋਇਆ ਹੋਵੇ ਉਸ ਦੇ ਵਿੱਚ ਵੀ ਤੁਸੀਂ ਕਾਫੀ ਅੱਗੇ ਦਿਖਾਈ ਦਿੰਦੇ ਹੋ ਉਹੀ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਕਿ ਜਿਵੇਂ ਇੱਕ ਬੁੱਟਾ ਹੁੰਦਾ ਉਹਦੀ ਜੜ ਦੇ ਨਾਲ ਜਦੋਂ ਰਹਿੰਦਾ ਉਨਾ ਚਿਰ ਉਹ ਆਪਣਾ ਉਸ ਅਸਲੀ ਰੰਗ 'ਚ ਰਹਿੰਦਾ ਤੇ ਜਦੋਂ ਆਪਣੀ ਜੜ ਨੂੰ ਛੱਡ ਦਿੰਦਾ ਤਾਂ ਉਹ ਇੱਕ ਦਿਨ ਬਾਅਦ ਜਾਨੀ ਮਰ ਜਾ ਆ ਜਾਂਦਾ ਤੇ ਉਹ ਮੇਰੇ ਮਗਰ ਉਹੀ ਪਾਵਰ ਆ ਮੈਂ ਕਹਾਂਗੀ ਕਿ ਮੇਰੇ ਅੰਦਰ ਮਾਲਕ ਨੇ ਜੋ ਆਪਣਾ ਅਸਥਾਨ ਬਣਾਇਆ ਤੇ ਮਾਲਕ ਨੇ ਜੋ ਕਿਰਪਾ ਕੀਤੀ ਤੇ ਆਪਾਂ ਇਹ ਕੋਈ ਫਰਕ ਨਹੀਂ ਹੈਗਾ ਕਿ ਆਪਾਂ ਕਹਿ ਦਈਏ ਮਾਲਕ ਨੇ ਜੇ ਕਿਰਪਾ ਕਰਨੀ ਹੈ ਤਾਂ ਮਹਾਰ ਬਾਣੀ ਚ ਫਰਮਾਉਂਦੇ ਨੇ ਕੋਈ ਏਡੀ ਕਿ ਕਾਬਲਤ ਰੱਖਦਾ ਕਿ ਉਹ ਨਰ ਨੂੰ ਮਾਦਾ ਤੇ ਮਾਦਾ ਨੂੰ ਨਰ ਬਣਾ ਸਕਦਾ ਤੇ ਉਹ ਪਰਤਾਖਾ ਜਮਾਲਕ ਨੇ ਮੈਨੂੰ ਦਿਖਾਇਆ ਤੇ ਇਹ ਹੀ ਆ ਕਿ ਆਪਣੇ ਅੰਦਰ ਜੇ ਕਿਸੇ ਚੀਜ਼ ਨੂੰ ਆਪਾਂ ਲੈ ਕੇ ਅ ਕਿਸੇ ਵੀ ਚੀਜ਼ ਦੇ ਵਿੱਚ ਆਪਾਂ ਕਿਤੇ ਕਿਤੋਂ ਵੀ ਕਿਉਂਕਿ ਮੇਰੀ ਮੇਨ ਮੋਟੀਵੇਸ਼ਨ ਮੇਰਾ ਬ੍ਰਦਰ ਆ ਤੇ ਉਹਨਾਂ ਨੇ ਇਹ ਨਹੀਂ ਕਦੇ ਕਿਹਾ ਵੀ ਮਨਦੀਪ ਤੂੰ ਇਹ ਨਹੀਂ ਕਰ ਸਕਦੀ ਤੇ ਹਰ ਕੰਮ ਦੇ ਵਿੱਚ ਚਾਹੇ ਉਹ ਲੱਕੜ ਦਾ ਆਰਾ ਚਲਾਉਣਾ ਹੋਵੇ ਚਾਹੇ ਬੁਲੇਟ ਚਲਾਉਣਾ ਹੋਵੇ ਚਾਹੇ ਮਸ਼ੀਨ ਗੰਨਾ ਹੋਣਾ ਸਾਰਾ ਯਾਨੀ ਆਪਣੇ ਹੱਥੀ ਸੋਫਾ ਤੱਕ ਤਿਆਰ ਕਰ ਲੈਂਦੀ ਆ ਮੈਂ ਤੇ ਇਹ ਆ ਕਿ ਕਿਉਂਕਿ ਪਹਿਲਾਂ ਵੀ ਨਪੁੰਨ ਸੀ ਹਰ ਕੰਮ ਦੇ ਵਿੱਚ ਸਲਾਈ ਕਢਾਈ ਬੰਨੀ ਹੋ ਪੇਂਟਿੰਗ ਸਾਰਾ ਕੰਮ ਮੈਂ ਪਹਿਲਾਂ ਸਿੱਖਿਆ ਹੋਇਆ ਸੀ ਇੱਥੇ ਤੱਕ ਮੈਂ ਆਪਣਾ ਜੋ ਵਿਆਹ ਦੇ ਮੇਰੇ ਸੂਟ ਸੀ ਉਹ ਮੈਂ ਆਪਣੇ ਹੱਥੀ ਤਿਆਰ ਕੀਤੇ ਸੀ ਤੇ ਇਹ ਆ ਕਿ ਮਹਾਰਾਜ ਨੇ ਗੁਣ ਸਾਰੇ ਦਿੱਤੇ ਤੇ ਮਹਾਰਾਜ ਨੇ ਕਿਰਪਾ ਕੀਤੀ ਮੈਂ ਕਿਉਂਕਿ ਮੇਰਾ ਕੁਝ ਨਹੀਂ ਹੈਗਾ ਮੇਰੇ ਵਿੱਚ ਹਨਾ ਉਹਦਾ ਹੀ ਦਿੱਤਾ ਹੋਇਆ ਜੋ ਵੀ ਕੁਝ ਜੇ ਅੱਜ ਤੁਹਾਡੇ ਸਾਹਮਣੇ ਆ ਇਹ ਵੀ ਉਹਦੀ ਰਜ਼ਾ ਕੋਈ ਕਿਉਂਕਿ ਨਹੀਂ ਮੈਂ ਇਹੀ ਕਹਿੰਦੀ ਹੁੰਦੀ ਸੀ ਕਿ ਸੱਚੇ ਪਾਤਸ਼ਾਹ ਲਕਾਸ਼ ਦਾ ਅਛਾ ਪਾਕੇ ਹੀ ਮੇਰਾ ਇਸ ਸੰਸਾਰ ਤੋਂ ਜਾਵਾਂ ਪਰ ਸ਼ਾਇਦ ਮਹਾਰਾਜ ਆਪਣਾ ਪ੍ਰਚਾਰ ਕਰਵਾਉਣਾ ਚਾਹੁੰਦੇ ਨੇ ਕਿ ਮੈਂ ਆਪਣਾ ਕਿਉਂਕਿ ਪਤਾ ਨਹੀਂ ਕਿੰਨਾ ਕਿੰਨਾ ਦੇ ਕੰਨਾਂ ਵਿੱਚ ਗੱਲ ਪੈਣੀ ਆ ਤੇ ਅੱਜ ਮੇਰੇ ਬਹੁਤ ਵੀਰ ਨੇ ਬਹੁਤ ਭੈਣਾ ਨੇ ਜੋ ਆਪਣੇ ਸਿੱਖ ਧਰਮ ਦੇ ਵਿੱਚ ਹੋ ਕੇ ਵੀ ਆਪਣੇ ਕੇਸ ਕਟਵਾ ਰਹੇ ਨੇ ਤੇ ਉਹ ਚੀਜ਼ ਲਈ ਮਨ ਨੂੰ ਬਹੁਤ ਦੋਹੁੰਦਾ ਵਾ ਕਿ ਅਸੀਂ ਸਿਰਫ ਨਾਮ ਦੇ ਸਿੰਘ ਰਹੇਗੇ ਤੇ ਅਸੀਂ ਕੇਸ ਕਟਵਾ ਕੇ ਵੀ ਅਸੀਂ ਆਪਣੇ ਪਿਓ ਦਾ ਪਿਆਰ ਭਾਲੀ ਉਹ ਨਹੀਂ ਮਿਲ ਸਕਦਾ ਜੀ ਤੇ ਇਸ ਦੇ ਨਾਲ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਇਹ ਸੰਘਰਸ਼ ਭਰੀ ਜ਼ਿੰਦਗੀ ਜੋ ਤੁਸੀਂ ਸਾਡੇ ਨਾਲ ਸਾਨੂੰ ਨਾਲ ਸਾਂਝੀ ਕੀਤੀ ਹੈ ਕਿ ਤੁਹਾਡਾ ਵਿਆਹ ਮੰਦੀ ਮੈਨੂੰ ਪਤਾ ਲੱਗਿਆ ਤੁਹਾਡੀ ਪਰਿਵਾਰ ਤੋਂ ਹੀ ਕਿ ਤੁਹਾਡਾ ਇਹ ਦੂਜਾ ਵਿਆਹ ਸੀ ਤੁਹਾਡੀ ਦੋ ਵਾਰ ਵਿਆਹ ਹੋਏ ਤੁਹਾਨੂੰ ਦੋਆ ਵਾਰ ਕੀ ਕੀ ਮੁਸੀਬਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਜੋ ਪਹਿਲਾ ਵਿਆਹ ਸੀ ਉਸ ਵੇਲੇ ਮੇਰੀ ਉਮਰ ਲਗਭਗ ਮੈਂ 19 ਸਾਲ ਚ ਸੀ ਪਪਾ ਦੀ ਡੱਤਵਾਦ ਕਿਉਂਕਿ ਉਸ ਵੇਲੇ ਸੀ ਰੈਂਟ ਤੇ ਰਹਿੰਦੇ ਸੀ ਵੀਰ ਉਹਨਾਂ ਨੂੰ ਵੀ ਆਈ ਸੀ ਕਿ ਆਪਣੇ ਘਰ ਜਾਵੇ ਤੇ ਉੱਥੇ ਇਹ ਸੀ ਕਿ ਉਹ ਥੋੜਾ ਥੋੜਾ ਨਹੀਂ ਆਪਾਂ ਕਹਿ ਸਕਦੇ ਕਿ ਕਾਫੀ ਨਸ਼ੇ ਵਾਲੇ ਸੀਗੇ ਤੇ ਉਹਨਾਂ ਨੇ ਮੈਨੂੰ ਵੀ ਲਾ ਦਿੱਤਾ ਸੀ ਤੇ ਮੈਂ ਆਪਣੇ ਆਪ ਦੇ ਵਿੱਚ ਨਹੀਂ ਸੀ ਇਹਨਾਂ ਨੇ ਬਾਹਰੋਂ-ਬਾਹਰ ਪਤਾ ਕਰਕੇ ਯਾਨੀ ਮੈਨੂੰ ਘਰ ਦੇ ਵਿੱਚ ਲੈ ਕੇ ਆਂਦਾ ਤੇ ਇਹੀ ਸੀ ਕਿ ਸ਼ਾਇਦ ਜੇ ਮੈਂ ਉੱਥੋਂ ਮੈਨੂੰ ਨਾ ਲੈ ਕੇ ਹੁੰਦੇ ਮੈਂ ਮੇਰੀ ਕਹਾਣੀ ਉੱਥੇ ਖਤਮ ਹੋ ਜਾਣੀ ਸੀ ਸੋ ਪਰ ਤੁਸੀਂ ਦੂਜੀ ਵਾਰ ਫਿਰ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਦੂਸਰਾ ਵਿਆਹ ਮੇਰਾ ਫਿਰ 4 ਸਾਲ ਬਾਅਦ ਹੋਇਆ ਸੀ 2012 ਦੇ ਵਿੱਚ ਹਾਲਾਂਕਿ ਮੈਂ ਉਹਦੇ ਲਈ ਵੀ ਹਜੇ ਮੇਰਾ ਮਨ ਨਹੀਂ ਸੀ ਕਿ ਵੀ ਚਲੋ ਵੀ ਕਿਉਂਕਿ ਹਰ ਲੜਕੀ ਨੂੰ ਇਹੀ ਹੁੰਦਾ ਕਿ ਮਾਂ ਪਿਓ ਨੂੰ ਇਹੀ ਹੁੰਦਾ ਕਿ ਆਪਣੇ ਸਹੁਰੇ ਘਰ ਦੇ ਵਿੱਚ ਜਾਵੇ ਉਹੀ ਚੀਜ਼ ਮੇਰੇ ਲਈ ਸੀ ਤੇ ਮੈਂ ਤੇ ਵੀਰਿਆਂ ਨੇ ਜਾਨੀ ਆਪਣੇ ਲਈ ਤਾਂ ਕਿਉਂਕਿ ਭਰਾ ਨੇ ਮਾਂ ਪਿਓ ਨੇ ਆਪਣੇ ਲਈ ਤਾਂ ਚੰਗਾ ਵਾਰ ਲੱਭ ਦਿੰਦੇ ਨੇ ਹਨਾ ਤੇ ਬਾਕੀ ਕਿਸਮਤ ਹੁੰਦੀ ਹੈ ਲੜਕੀਆਂ ਦੀ ਕਿ ਅੱਗੇ ਤੇ ਮੈਂ ਪੂਰਾ ਆਪਣੇ ਜਾਨੀ ਮੇਰੇ ਵੀਰਿਆਂ ਵੱਲੋਂ ਜੋ ਮੇਰਾ ਸੀ ਆਪਣੇ ਚਾਹੇ ਜਿਵੇਂ ਸੌਰੇਕਰ ਦੇ ਵਿੱਚ ਰਹਿ ਕੇ ਨਿਤਨੇਮ ਕੰਨਾ ਅਮਰਤ ਵੇਲੇ ਉੱਠਣਾ 4 ਵਜੇ ਤੇ ਉੱਥੇ ਵੀ ਮੇਰੇ ਤੇ ਇਹੀ ਤੋਮਮਤ ਲੱਗੀ ਸੀ ਕਿ ਅਮਰਤ ਵੇਲੇ ਉੱਠ ਕੇ ਵੀ ਇਹ ਸੇਫਟੀ ਫੇਰਦੀ ਆ ਇਹ ਗੱਲ ਕਹਿਣ ਨੂੰ ਮਿਲੀ ਸੀ ਬਾਅਦ ਚ ਤੇ ਮੈਂ ਇਸ ਚੀਜ਼ ਨੂੰ ਮਹਾਰਾਜ ਨੇ ਮੈਂ ਮੈਨੂੰ ਇਹੀ ਸਿੱਖੇ ਵੀ ਉਹ ਆਪਨੇ ਬੋਲ ਰਹੇ ਮਹਾਰਾਜ ਬੁਲਾ ਰਿਆ ਹਨ ਤੇ ਉਹੀ ਮੋਟੀਵੇਸ਼ਨ ਮੈਂ ਕਹਿੰਦੀ ਆ ਕਿ ਜੇ ਉਹ ਜਰੀਆ ਬਣਾਏ ਕਿਉਂਕਿ ਆਪਾਂ ਨੂੰ ਉਸ ਟਾਈਮ ਲੱਗਦਾ ਹੁੰਦਾ ਕਿ ਸਾਡੇ ਨਾਲ ਮਾੜਾ ਹੋ ਗਿਆ ਪਰ ਅੱਜ ਮੈਂ ਕਹਿਨੀ ਆ ਕਿ ਮਾੜਾ ਕੁਝ ਨਹੀਂ ਹੁੰਦਾ ਕੁਝ ਸਮਾਂ ਪੈਂਦਾ ਤੇ ਸਾਨੂੰ ਪਤਾ ਲੱਗਦਾ ਕਿ ਜੋ ਕੀਤਾ ਹਨਾ ਸਾਰਾ ਮਹਾਰਾਜ ਚੰਗਾ ਕਰ ਰਹੇ ਨੇ ਸੰਸਾਰ ਨੂੰ ਹੁਣ ਦੇਖੋ ਸਭ ਕੁਝ ਉਹਦੇ ਪੈ ਦੇ ਵਿੱਚ ਆ ਸੂਰਜ ਚੰਦ ਚਾਹੇ ਪੌਣ ਪਾਣੀ ਬਸੰਤਰ ਉਹਦੇ ਪੈ ਦੇ ਵਿੱਚ ਆ ਤੇ ਕਿੰ ਇਨਸਾਨ ਹੀ ਆ ਜਿਹੜੇ ਉਹਦਾ ਹੁਕਮ ਤੋਂ ਬਾਹਰ ਅਸੀਂ ਅਸੀਂ ਹੁਕਮ ਤੋਂ 12 ਤੇ ਅਸੀਂ ਤਾਂ ਹੀ ਦੁੱਖ ਪਾਉਨੇ ਆ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਤੁਹਾਡੇ ਸੰਘਰਸ਼ ਖਤਮ ਹੋਵੇ ਤੇ ਤੁਸੀਂ ਆਮ ਜ਼ਿੰਦਗੀ ਬਹੁਤ ਖੂਬ ਤਰੀਕੇ ਨਾਲ ਜਿੱਦਾਂ ਜੀ ਰਹੇ ਹੋ ਉਂਝ ਹੀ ਜਿੰਦੇ ਰਹੋ ਪਰ ਅਜਿਹੇ ਕੁਝ ਲੋਕ ਨੇ ਜਿਹੜੇ ਕਿ ਦੁਨੀਆ ਦੇ ਵਿੱਚ ਵਸੇ ਹੋਏ ਨੇ ਜਿਹੜੇ ਕਿਤੇ ਨਾ ਕਿਤੇ ਜੋ ਤੁਹਾਡੇ ਨਾਲ ਹੋਇਆ ਉਸ ਚੀਜ਼ ਨੂੰ ਵੇਖਦੇ ਹੋਏ ਆਪਣੇ ਆਪ ਨੂੰ ਖਤਮ ਕਰਨ ਦੀ ਇਹ ਜਿਹੜਾ ਦਿਮਾਗ ਵਿੱਚ ਸੋਚ ਆਉਂਦੀ ਹੈ ਉਹਨਾਂ ਦੇ ਲਈ ਤੁਸੀਂ ਕੀ ਸਨੇਹਾ ਲਾਣਾ ਚਾਹੋਗੇ ਉਹਨਾਂ ਲਈ ਇਹੀ ਸਨੇਹਾ ਕਿ ਧਰਮ ਆਪਾਂ ਨੂੰ ਬਹੁਤ ਕੁਝ ਸਿਖਾਉਂਦਾ ਜੇ ਅਸੀਂ ਉਹਦੇ ਵਿੱਚ ਖੋਜੀਏ ਤੇ ਧਰਮੀ ਅਖਵਾਉਣਾ ਬਹੁਤ ਵੱਡੀ ਗੱਲ ਹੁੰਦੀ ਆ ਜੇ ਅਸੀਂ ਪਰਮਾਤਮਾ ਦੇ ਲੜ ਲੱਗਾਂਗੇ ਤਾਂ ਉਹ ਜ਼ਿੰਮੇਵਾਰੀ ਉਹਦੀ ਬਣ ਜਾਂਦੀ ਆ ਹਨ ਮਹਾਰਾਜ ਕਹਿੰਦੇ ਨੇ ਕਿtheta ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਕਿ ਪੁੱਤ ਇੱਕ ਸਿਰਫ ਮੈਨੂੰ ਯਾਦ ਰੱਖ ਤੇਰੇ ਸਾਰੇ ਕਾਰਜ ਮੈਂ ਆਪ ਸਵਾਰੂੰਗਾ ਤੇ ਉਹੀ ਚੀਜ਼ ਮੇਰੇ ਨਾਲ ਆ ਚਾਹੇ ਕਿਤੇ ਵੀ ਪਾਸੇ ਕਹਿ ਦਈਏ ਕਿ ਮਹਾਰਾਜ ਨੇ ਬਾਣੀ ਦੇ ਲੜ ਲੱਗੇ ਹੋયા ਆ ਕਰਦੇ ਵਿੱਚ ਕਿਸੇ ਚੀਜ਼ ਦੀ ਤੋਟ ਨਹੀਂ ਰੱਖੀ ਤੇ ਉਹੀ ਆ ਕਿ ਜੇ ਅਸੀਂ ਪਰਮਾਤਮਾ ਦੇ ਨਾਲ ਜੁੜਾਂਗੇ ਫਿਰ ਉਹ ਕਾਰਜ ਆਪ ਸਵਾਰਦਾ ਚਾਹੇ ਇੱਥੇ ਦੇ ਨੇ ਚਾਹੇ ਅੱਗੇ ਵਾਲੇ ਆ ਜੀ ਤੇ ਹੁਣ ਅਸੀਂ ਦੇਖ ਰਿਹਾ ਕਿ ਤੁਹਾਡੀ ਮੋਦੀ ਖਾਣੇ ਦਾ ਇੱਕ ਜਿਹੜਾ ਕਨਸੈਪਟ ਹੈ ਬਹੁਤ ਚੱਲਿਆ ਹੋਇਆ ਅੱਜ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੂ ਮਤਲਬ ਥੋੜੀ ਦੁਕਾਨ ਤੇ ਵੀ ਸਾਨੂੰ ਲੱਗਦਾ ਕੁਝ ਦੇਖਣ ਨੂੰ ਮਿਲੇਗਾ ਸੋ ਉਹ ਨਵੀਂ ਚੀਜ਼ ਕੀ ਤੁਸੀਂ ਲੈ ਕੇ ਆ ਰਹੇ ਹੋ ਤਾਂ ਕਿੰਜ ਜੁੜੀ ਹੋਈ ਹੈ ਉਹਦੇ ਵਿੱਚ ਜਾਨੀ ਐ ਕਿ ਅਸੀਂ ਦੋਨੇ ਭੈਣ ਭਰਾਵਾਂ ਨੇ ਜਾਨੀ ਇਹ ਸੋਚਿਆ ਸੀ ਇੱਕ ਮਹੀਨਾ ਹੋ ਗਿਆ ਇਸ ਚੀਜ਼ ਲਈ ਸਾਨੂੰ ਤਿਆਰ ਹੁੰਦਿਆਂ ਨੂੰ ਕਿ ਇੱਕ ਸੇਵਾ ਕਰਨ ਦਾ ਮੌਕਾ ਮਿਲ ਜਾਵੇਗਾ ਕਿ ਕਿਉਂਕਿ ਜਦੋਂ ਲੋਕਡਾਊਨ ਸੀ ਅਸੀਂ ਆਪਦੇ ਅੱਖੀ ਦੇਖਿਆ ਲਾਈਨਾਂ ਦੇ ਵਿੱਚ ਆਪਣੇ ਭੈਣ ਭਰਾਵਾਂ ਨੂੰ ਖੜੇ ਹੋਏ ਕਿ ਦੋ ਰੋਟੀਆਂ ਲਈਓ ਚਾਰ-ਚਾਰ ਘੰਟੇ ਖੜੇ ਰਹਿੰਦੇ ਸੀ ਤੇ ਫਿਰ ਵੀ ਯਾਨੀ ਇਹ ਆ ਕਿ ਅਗਰ ਮਹਾਰਾਜ ਨੇ ਯਾਨੀ ਇਹ ਹੁਣ ਚੱਲੀ ਆ ਜੇ ਇੱਕ ਰੀਤ ਚੱਲੀ ਆ ਤੇ ਆਪਾਂ ਇਹ ਚਲਾਈਏ ਤੇ ਅਸੀਂ ਕਿ ਮਹਾਰਾਜ ਕਿਰਪਾ ਕਰਨ ਵੀ ਇਹ ਸੇਵਾ ਵੀ ਲੈ ਰਣ ਧੰਨਵਾਦ ਤੋ ਇਸ ਤਰੀਕੇ ਨਾਲ ਤੁਸੀਂ ਵੀ ਵੇਖਿਆ ਕਿ ਕਿੰਜ ਇਹਨਾਂ ਨੇ ਆਪਣੀ ਜ਼ਿੰਦਗੀ ਜੋ ਕਿ ਮੁਸ਼ਕਲਾਂ ਨਾਲ ਭਰੀ ਹੋਈ ਸੀ ਉਸ ਦਾ ਸਾਹਮਣਾ ਕਰਦੇ ਹੋਏ ਅੱਗੇ ਆ ਕੇ ਲੋਕਾਂ ਨੂੰ ਵੀ ਇਹ ਅੱਜ ਮਿਸਾਲ ਦਿੰਦੇ ਐ ਕਿ ਜੇਕਰ ਕਠਿਨਾਈਆਂ ਤੁਹਾਡੇ ਜੀਵਨ ਦੇ ਵਿੱਚ ਆਉਣ ਤਾਂ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਨਾ ਕਿ ਉਹਨਾਂ ਤੋਂ ਮੂੰਹ ਫੇਰਨਾ ਚਾਹੀਦਾ ਤੇ ਜੇਕਰ ਤੁਸੀਂ ਵੀ ਇਹ ਜਿਹੀ ਕਠਿਨਾਈ ਨਾਲ ਇਸ ਟਾਈਮ ਤੇ ਉਸ ਕਠਿਨਾਈ ਦੇ ਵਿੱਚੋਂ ਤਾਂ ਸਾਡੀ ਵੀ ਇਹੀ ਸਲਾਹ ਹੈ ਕਿ ਇੱਕ ਵਾਰ ਸੋਚੋ ਜ਼ਰੂਰ ਜ਼ਿੰਦਗੀਆਂ ਬਹੁਤ ਪਿਆਰੀਆਂ ਨੇ ਕੈਮਰਾਮੈਨ ਗੁਰਦੇਵ ਤੇ ਨਾਲ ਮੈਂ ਹਾਂ ਸ਼ਫਾਲੀ दैनिक सवेरा टीवी लुधियाना ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एन्ना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेयां विच समाधान फ्री फ्री फ्री, फ्री मियां रफीक मोहम्मद मोबाइल 8437494647 8437494648 ਸਿਆਸਤ ਵਪਾਰ ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਤੀਨ ਨੰਬਰ 1 ਨਿਊਜ਼ ਐਪ ਦੇਨਿਕ ਸਿਰਾ ਟਾਈਮਸ